ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਸਿੰਗਰ ਅਤੇ ਸੌਂਗ ਰਾਈਟਰ ਦੀ ਜਿਸ ਦਾ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਹੋਇਆ ਸੀ 2 AM ਤੇ ਉਸ ਨੂੰ ਗੀਤਾਂ ਵਾਲੀ ਮਸ਼ੀਨ ਵੀ ਕਿਹਾ ਜਾਂਦਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਰਨ ਔਜਲਾ ਦੀ। ਕਰਨ ਔਜਲਾ ਬਹੁਤ ਹੀ ਜਲਦ ਲੈ ਕੇ ਆ ਰਹੇ ਨੇ ਆਪਣਾ ਇੱਕ ਹੋਰ ਨਵਾਂ ਟਰੈਕ ਤੇ ਇਸ ਨਵੇਂ ਟਰੈਕ ਦਾ ਨਾਮ ਹੋਏਗਾ ਇੰਕ। ਕਰਨ ਔਜਲਾ ਨੇ ਆਪਣੇ ਇਸ ਨਿਊ ਸੌਂਗ ਇੰਕ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਤੇ ਇਸ ਗਾਣੇ ਦੀ ਫਸਟ ਲੁੱਕ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਕਰਨ ਔਜਲਾ ਨੇ ਲਿਖਿਆ, ਅਗਲਾ ਗਾਣਾ ਇੰਕ। ਦੱਸਦੇ ਤੁਹਾਨੂੰ ਕਿ ਗਾਣੇ ਨੂੰ ਲਿਖਿਆ ਅਤੇ ਗਾਇਆ ਖੁਦ ਕਰਨ ਔਜਲਾ ਨੇ। ਇਸ ਵਾਰ ਗਾਣੇ ਦਾ ਮਿਊਜ਼ਿਕ ਕੀਤਾ ਜੇ ਸਟੈਟਿਕ ਨੇ। ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਰੂਪਨ ਵਾਲ ਨੇ ਤੇ ਇਸ ਗਾਣੇ ਨੂੰ 17 ਅਕਤੂਬਰ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਸੋ ਕਿੰਨੀ ਕੁੜੀ ਕਿ ਤੁਹਾਨੂੰ ਕਰਨ ਔਜਲਾ ਦੇ ਇਸ ਨਵੇਂ ਗਾਣੇ ਇੰਕ ਦੀ ਜਿਸ ਦਾ ਮਿਊਜ਼ਿਕ ਕੀਤਾ ਹੈ ਜੇ ਸਟੈਟਿਕ ਨੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।